अपने शहर और आसपास की खबरें पाने के लिए हमारे न्यूज़ चैनल को सब्सक्राइब करें और साथ में लगे घंटी वाले बटन को दबाएं। अमृतसर में एक युवक को कुछ युवकों द्वारा बेरहमी से पीटा गया। ये सारी घटना वहां लगे सीसीटीवी कैमरे में कैद हो गई। घटना अमृतसर के मजीठा रोड के अमन अवेन्यू की है। पुलिस द्वारा मामला दर्ज कर जांच शुरू कर दी गई है और आरोपियों को पकड़ने के लिए छापेमारी की जा रही है। हाँ जी, की नाम जी तुहाडा? सोनू है जी मेरा नाम। की गल जी? मेरे नाल होया जी, मैं कल बाजारों आंदा पिया सी, जदों ते मैनूं कहिंदे किथे आया तू, ते मैं कहा भी मैं रास्ते च हैगा वां, ते कहिंदे भी चलो आपां वी आ गए, ते मुड़ के आण के ते मेरे नाल इत्थे ही कहिंदे तू इत्थे ढालो, ते इत्थे ही मेरे नाल कुट मार गली दे विच करन लग पिया। ਤੇ ਮੇਰੇ ਬੱਚੇ ਵੀ ਆ, ਬੱਚਿਆਂ ਨੂੰ ਵੀ, ਮੇਰੀ ਵਾਈਫ ਨੂੰ ਵੀ ਧੱਕੇ ਧੁੱਕੇ ਮਾਰੇ ਉਹਨਾਂ ਨੇ। ਕੀ ਵਜ੍ਹਾ ਕੀ ਰਹੀ ਮਾਰਨ? ਵਜ੍ਹਾ ਕਹਿੰਦੇ ਕਿ ਤੂੰ ਕੰਮ ਤੋਂ ਲੇਟ ਹੋ ਗਿਆ। ਬਸ ਮੇਰਾ ਹਲਵਾਈ ਦਾ ਕੰਮ ਹੈ ਜੀ, ਤੇ ਬਸ ਇਹੀ ਗੱਲ ਆ ਜੀ। ਤੇ ਮੈਂ ਨਹੀਂ, ਪੈਸਿਆਂ ਦਾ ਸਿਰਫ ਇਹੀ ਆ ਜੀ, ਮੇਰਾ ਕੋਈ ਨਹੀਂ ਉਹਨਾਂ ਨਾਲ ਕਿ ਕੰਮ ਕਰਨ ਜਾਣਾ ਸੀ, ਅਤੇ ਮੇਰਾ ਇਹ ਆ ਵੀ ਮੇਰੇ ਜੇਬ 'ਚੋਂ ਪੈਸੇ ਵੀ ਕੱਢੇ ਗਏ ਆ, ਅਤੇ ਜੋ ਮੈਂ ਬੈਂਕ ਦੇ ਰਸੀਦ ਵੀ ਸਭ ਕੁਛ ਹੈਗਾ ਵਾ ਜੀ, ਅਤੇ ਮੈਂ ਕਹਿੰਦਾ ਵਾ ਵੀ ਮੇਰੀਆਂ ਵਾਲੀਆਂ ਅਤੇ ਮੋਬਾਈਲ ਵੀ ਖੋਇਆ ਗਿਆ ਵਾ। ਮੇਰੇ ਸਿਰ 'ਚ ਸੱਟ ਲੱਗੀ ਆ ਜੀ, ਅਤੇ ਕੰਨਾਂ 'ਤੇ ਸੱਟ ਲੱਗੀ ਆ, ਪੇਟ 'ਤੇ ਵੀ ਲੱਗੀ ਆ, ਅਤੇ ਮੇਰੇ ਸਿਰ 'ਚ ਪਿੱਛੇ ਵੀ ਇੱਥੇ ਵੀ ਸੱਟ ਲੱਗੀ। ਇੱਕ ਦਾ ਨਾਂ ਕੁੱਲਾ ਹੈਗਾ ਵਾ, ਅਤੇ ਇੱਕ ਦਾ ਨਾਂ ਫਾੜੀ ਆ ਅਮਿਤ, ਉਹਦਾ ਉਹਨੂੰ ਅਮਿਤ ਵੀ ਕਹਿੰਦੇ ਫਾੜੀ ਨੂੰ, ਅਤੇ ਨਾਲ ਹੋਰ ਅਣਪਛਾਤੀ ਲੋਕ ਵੀ ਹੈਗੇ ਆ। ਇਹ ਕੁੱਲੇ ਦਾ ਡੈਡੀ ਦਾ ਨਾਂ ਹੈਗਾ ਵਾ ਜੰਗੂ, ਅਤੇ ਸਾਰਾ ਪਸਾਦ ਦੀ ਜੜ ਜੰਗੂ ਹੀ ਹੈਗਾ ਵਾ ਜੀ। ਸੀਸੀਟੀਵੀ ਦੇ ਵਿੱਚ ਸਭ ਕੁਛ ਆਇਆ ਵਾ ਸਰ ਜੀ, ਜੋ ਵੀ ਜਿੰਨੇ ਲੋਕ ਆਏ ਆ ਸਾਰਾ ਕੁਛ ਵਾਰਦਾਤ ਜੋ ਹੁੰਦੀ ਪਈ ਆ। ਇਕੱਲਾ ਹੈਗਾ ਮੈਂ, ਤਾਂ ਵੇਖ ਲਿਓ ਤੁਸੀਂ ਜੋ ਵੀ ਆ। ਪੁਲਿਸ ਨੂੰ ਵੀ ਫੋਟੋ ਸੀ ਦਿੱਤੀ ਹੋਈ ਆ, ਅਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਕੀਤੀ। ਪੁਲਿਸ ਕਹਿੰਦੀ ਸੀ ਕਿ 2-4 ਦਿਨ ਲੱਗਣਗੇ, ਕੋਈ ਗੱਲ ਨਹੀਂ ਹੈ ਬਸ, ਅਤੇ ਉਹ ਸਾਡੇ ਘਰ ਇੱਧਰ ਨੂੰ ਚੱਕਰ ਮਾਰਦੇ ਆ ਸਰ ਜੀ। ਮੇਰਾ ਹਲਵਾਈ ਦਾ ਕੰਮ ਹੈ ਜੀ। ਮੰਗ ਕਰਦੇ ਹਾਂ ਕਿ ਜੋ ਕਰ ਬਣਦੀ ਕਾਰਵਾਈ ਹੈ ਕਰਨ ਸਰ ਜੀ, ਆਪਾਂ ਕੰਮ ਕਰਦੇ ਵੀ ਜਾਣਾ ਹੁੰਦਾ ਵਾ ਜੀ। ਇਹ ਸੋਨੂ ਪੁੱਤਰ ਸੁੰਦਰ ਸਿੰਘ ਵਾਸੀ ਅਮਨ ਐਮ ਦਾ ਰਹਿਣ ਵਾਲਾ ਹੈ, ਅਤੇ ਭੁੱਲਾ ਅਤੇ ਜਿਹੜੇ ਜੰਗ ਪਾਤਰ, ਇਹਨਾਂ ਦੇ ਘਰ ਕੋਈ ਵਿਆਹ ਦਾ ਫੰਕਸ਼ਨ ਸੀ, ਇਹਨੇ ਉਹਨਾਂ ਦੇ ਘਰ ਖਾਣਾ ਤਿਆਰ ਕਰਨਾ ਸੀਗਾ ਜੀ। ਇਹ ਥੋੜ੍ਹਾ ਜਿਹਾ ਖਾਣਾ ਜਲਦੀ ਤਿਆਰ ਨਾ ਕਰਨ ਕਰਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਜੀ। ਇਹ ਹੈਗੀ ਹੈ 14/7/2019 ਦੀ ਗੱਲ ਹੈ, ਸ਼ਾਮ 5 ਵਜੇ। ਦੂਸਰੇ ਦਿਨ ਜਿਹੜਾ ਹੈਗਾ ਵੀ ਇਹ ਜਿਹੜਾ ਸੋਨੂ ਹੈ, ਅਤੇ ਉਹਨਾਂ ਦੇ ਘਰ ਸ਼ਾਦੀ ਸੀ, ਇਹ ਉਹਨਾਂ ਨਾਲ ਆਪਣੇ 5-4 ਸਾਥੀ ਲੈ ਕੇ, ਅਤੇ ਇਹ ਵੀ ਉੱਥੇ ਉਹਨਾਂ ਦੇ ਘਰ ਕੁੱਟਮਾਰ ਕਰਕੇ ਆਇਆ। ਦੋਨਾਂ ਪਾਰਟੀਆਂ ਦੇ ਐਮ ਐਲ ਆਰ ਆਏ ਹੋਏ ਨੇ, ਠੀਕ ਹੈ ਜੀ। ਜੋ ਵੀ ਬਣਦੀ ਕਾਰਵਾਈ ਇਹਨਾਂ ਦੇ ਖਿਲਾਫ਼ ਕੀਤੀ ਜਾਊ। ਵੀਡੀਓ ਵਿੱਚ ਕੁੱਟਮਾਰ ਆਈ ਹੈ ਸਾਹਮਣੇ, ਦੋਵੇਂ ਪਾਰਟੀਆਂ ਆਪਸ 'ਚ ਲੜ ਰਹੀਆਂ ਨੇ ਜੀ। ਕੋਈ ਨਹੀਂ, ਇਹਨਾਂ ਨਾਲ ਵੈਰੀਫਾਈ ਕਰਕੇ ਜੋ ਹਾਲਾਤ ਪਾਏ ਜਾਣਗੇ ਕਾਰਵਾਈ ਅਮਲ 'ਚ ਲੈਂਦੀ ਜਾਊ। ਐਨਕਾਊਂਟਰ ਅੰਮ੍ਰਿਤਸਰ ਸੇ ਜਤਿਨ ਕੀ ਰਿਪੋਰਟ।